ਹਾਂਜੀ ਮਿੱਤਰੋ, ਕੀ ਹਾਲ ਚਾਲ ਹੈ? ਉਮੀਦ ਕਰਾਂ ਬਾਈ ਥਾਵੇਂ ਸਾਰੇ ਹੋਵਾਂਗੇ ਵਧੀਆ, ਉਲਗੋ ਡਾਪਾ ਹੀ ਵਧੀਆ ਬਾਈ। ਲਓ ਮਿੱਤਰੋ, ਸਵੇਰੀ ਕਾ ਦਿਨ ਬਹੁਤ ਵਧੀਆ ਹੋਇਆ ਅੱਜ। ਅੱਜ ਸਵੇਰੇ ਸਵੇਰੇ ਬਰਸਾਤ ਹੋਣ ਲੱਗੀ ਤੀ ਬਾਈ, 7:30 ਬਰਸਾਤ ਸ਼ੁਰੂ ਹੋ ਗਈ ਤੀ। ਇਸ ਦਾ ਟਾਈਮ 9 ਵੱਜ ਰਿਹਾ, ਚੰਗੀ ਝੱਟ ਲੱਗ ਗਈ ਬਰਸਾਤ ਬਾਈ। ਖੇਤ ਸਾਰੇ ਖਾਲੀ ਪੜੇ ਤੇ, ਸਾਰੇ ਆਲਮੋਸਟ ਪੂਰੇ ਵਧੀਆ ਹੋ ਗਏ, ਭਰ ਗਏ ਖੇਤ ਬਾਈ। ਬਾਕੀ 1-2-3 ਦਿਨ ਦੇ ਵਲੋਗ ਨਹੀਂ ਹਟਦੇ, ਥੋੜ੍ਹਾ ਜਿਹਾ ਨਾ ਕੰਮਾਂ ਮਾਂ ਬਿਜ਼ੀ ਚੱਲ ਰਹੇ ਤੇ। ਇੱਕ ਬਾਈ ਤੁਸੀਂ ਗੁਰਨੇ ਆਪਣੀ ਬਾਈ ਛੱਤ ਬਦਲੀ ਗਈ, ਇਹ ਦੇਖੋ ਚਾਦਰਾਂ ਚੁਦਰਾਂ ਪੜ ਗਈ ਮੀਂਹ ਦੇ। ਪਹਿਲਾਂ ਅਰੇ ਇਕੱਲੇ ਪਾਈ ਆ ਬਾਈ, ਕੱਲ੍ਹ ਵੀ ਬਰਸਾਤ ਆਈ ਦੁਪਹਿਰਾ, ਚਲੋ ਅੱਛੀ ਝੱਟ ਲੱਗ ਗਏ ਦੁਪਹਿਰਾ ਵੀ, ਬਟ ਅੱਜ ਫਿਰ ਬਰਸਾਤ ਆ ਗਈ ਤੀ। ਵਧੀਆ ਹੋ ਗਿਆ ਮੌਸਮ ਵੀ, ਔਰ ਖੇਤਾਂ ਵੀ ਰੌਣਕ ਜੀ ਹੋ ਗਈ ਯਾਰ, ਨਹੀਂ ਬੁਰਾ ਹਾਲ ਹੋਇਆ ਆਪਣੇ ਦਾ। ਆਪਾਂ ਨੇ ਚਾਦਰਾਂ ਚੁਦਰਾਂ ਪਾ ਦਿੱਤੀ, ਹਾਲੇ ਇਕੱਲੋ ਪਾ ਕੇ ਗਏ ਤੇ ਸ਼ਾਮ ਨੂੰ ਹੋ ਗਿਆ, ਟਾਈਮ ਜ਼ਿਆਦਾ ਬਾਈ, 3 ਜਣੇ ਦੇ ਹਮ ਔਰ 2 ਬੰਦੇ ਲੱਗ ਰਹੇ। ਜਦੋਂ ਹਾਲੀ ਨੀ ਪੜਿਆ ਨਾ, ਔਰ ਉੱਪਰ ਦੇਖੋ ਚਾਦਰਾਂ ਚੁਦਰਾਂ ਪੜਦੀ ਸਾਰੀ। ਚੱਲ ਕਹੀਂ ਦੇ ਅੰਦਰ ਦੇ ਗੱਲੋ ਟੈਸਟਿੰਗ ਹੋ ਗਈ ਬਾਈ, ਅੰਦਰ ਦੇ ਕਹੀਂ ਦੇ ਚੂਹ ਚਾਹ ਤਾਂ ਨਹੀਂ ਰਿਹਾ, ਬਾਕੀ ਢਾਲ ਵੀ ਠੀਕ ਆ। ਪਿੱਛੇ ਨੂੰ ਨਿਕਲ ਰਿਹਾ ਪਾਣੀ, ਦੇਖੋ ਗਿਰਿਆ ਹੋਇਆ ਪਾਣੀ। ਬਾਕੀ ਮਿੱਤਰੋ, ਬਹੁਤੇ ਵੀਰ ਨਾ ਉਸਕੀ ਮੈਂ ਉਸ ਜਲ ਮੁਰਗਿਆਂ ਦਾ ਕਿਹਾ ਤਾ ਵੀ ਇਸਕਾ ਕੋਈ ਹੱਲ ਦੱਸੋ, ਤਾਂ ਬਹੁਤੇ ਵੀਰ ਕਹਿੰਦੇ ਵੀਰ ਪਟਾਸ ਲਿਆ, ਵੀਰ ਛਰੇ ਵਾਲੀ ਗੋਲੀ ਲਿਆ, ਇਹ ਕਰ ਲਏ ਉਹ ਕਰ ਲਏ। ਵੀਰ ਪਟਾਸ 'ਤੇ ਉਸਨੂੰ ਕੋਈ ਅਸਰ ਨਹੀਂ ਹੈ, ਜੇਕਰ ਉਰਾ ਬੰਦਾ ਬੈਠਿਆ ਜੇ ਪਟਾਕਾ ਮਾਰ ਦੇ ਤਾਂ ਉੱਡ ਜਾਂਗੀ ਥੋੜ੍ਹੀ ਦੇਰ ਵਾਸਤੇ, ਬਟ ਫਿਰ ਆ ਜਾਂਗੀ। ਆਪਾਂ ਨੇ ਇਸ ਕਰਕੇ ਨਾ ਇੱਕ ਪੱਕਾ ਬੰਦਾ ਰੱਖਿਆ ਦਿਹਾੜੀ ਪਾ, ਵੀ ਜਿਹੜਾ ਬੈਠੇ ਹੀ ਰਹਾ ਸਾਰਾ ਦਿਨ। ਅੱਜ ਤਾਂ ਚਲੋ ਬਾਹਰ ਸੁਰਤੀ ਸਵੇਰ ਕੀ, ਤਾਂ ਕਰਕੇ ਨਹੀਂ। ਉਹ ਇੱਕ ਝੁੰਗੀ ਪਾਈ ਹੈ ਦੇਖੋ, ਉਹ ਦੇਖੋ ਬੈਠਣੇ ਵਾਸਤੇ, ਕਿਉਂਕਿ ਉਹਨਾਂ ਦੇ ਉੱਠਕਾ ਨਹੀਂ ਜਾਇਆ ਜਾਂਦਾ, ਪਰਾਂ ਜ਼ਿਆਦਾ ਆਵਾਂ ਚਲੀ ਗਈ ਨੇੜੇ ਨੇੜਾ, ਤਾਂ ਇਹ ਚੱਕਰ ਦਾ ਬਾਈ। ਉਹਨੂੰ ਕੋਈ ਅਸਰ ਨਹੀਂ ਬਾਈ, ਜਿਨਕੇ ਵਹਾਂ ਹੈ ਨਾ ਉਹਨੂੰ ਪਤਾ ਹੋਣਾ ਉਸਕਾ ਦੁੱਖ ਦਰਦ ਕਿੰਨਾ ਆ ਕਿੰਨਾ ਨਹੀਂ। ਬਾਕੀ ਜੀਰੀ ਵੀ ਚੱਲ ਪੜੀ ਥੋੜ੍ਹੀ ਥੋੜ੍ਹੀ, ਹਜੇ ਤਾਂ ਕੋਈ ਟਾਈਮ ਨਹੀਂ ਹੋਇਆ, ਪਰ ਥੋੜ੍ਹੀ ਲੇਟ ਲੇਟ ਚਲਾ ਗਈ ਜੀਰੀ, ਪਰ ਚੱਲ ਜਾਏਗੀ ਵਧੀਆ ਆਪਣੀ ਜੀਰੀ। ਅੱਜ ਤਰੀਕ 17 ਤਰੀਕ ਆ, ਔਰ 7 ਨੂੰ ਲੱਗੀ ਤੀ, 10 ਦਿਨ ਹੋਏ ਆ ਬਾਈ ਜੀਰੀ ਲੱਗੀ ਨੂੰ। ਉੱਧਰ ਤਾਂ ਹਰਿਆਈ ਦੂਰ ਤਾਂ ਲਗਾ, ਹਰਿਆਈ ਜੀ ਜ਼ਿਆਦਾ ਕਰਨ ਲੱਗੀ। ਬਾਕੀ ਆਪਣਾ ਥੋੜ੍ਹਾ ਨੁਕਸਾਨ ਇਸਮਾ ਬਾਈ, ਇੱਕ ਤਾਂ ਉਹ ਖੇਤ ਮਾਂ ਖਾਸਾ ਨੁਕਸਾਨ ਆ, ਇਸਮਾਂ ਤੋਂ ਮੰਨ ਕੇ ਚੱਲ ਖਾਸਾ ਨੁਕਸਾਨ, 2 ਵਿਘੇ 1.5 ਗਾ, ਔਰ 21 ਖੇਤ ਮਾਂ ਨੇੜੇ ਨੇੜੇ ਨਾ 20 ਇਸਮਾਂ ਖਾਇਆ ਹੋਇਆ ਮੁਰਗਿਆਂ ਨੇ। ਉਹ ਦੇਖਣਾ ਯਾਰ ਬੰਦੇ ਨਹੀਂ ਮਿਲ ਰਹੇ ਹੈ, ਵਿਹਲੇ ਨਹੀਂ ਹੈ, ਕੁਛ ਬਰਸਾਤ ਪੜ ਗਈ, ਬੰਦੇ ਉੱਧਰ ਬਿਜ਼ੀ ਹੋ ਗਏ, ਤਾਂ ਇਸਮਾਂ ਦੁਬਾਰਾ ਲਵਾਵਾਂਗੇ ਨੇੜੇ ਨੇੜੇ ਨਾ। ਵੀ ਡੈਡੀ ਮੈਂ ਤਾਂ ਕਰਦਾ ਵੀ ਲਵਾਵਾਂਗੇ, ਲੇਟ ਹੋਵਾਂਗੇ ਵੀ ਜਦ ਬਾਹ ਕਾ ਦੁਬਾਰਾ ਲਾ ਦੇ ਹਾਂ। ਡੈਡੀ ਕਹਿ ਰਿਹਾ ਕੁਛ ਨਹੀਂ ਹੁੰਦਾ, 2 ਖੱਤਿਆਂ ਮਾਂ ਲਵਾ ਦੇ, ਬਾਕੀ ਕਿਸੇ ਮੈਂ ਲਵਾਉਣੀ ਵੀ ਜੇ ਥੋੜ੍ਹੀ ਬਹੁਤੀ ਹੈ ਵੀ ਕਹੀਂ ਨੂੰ, ਮਤਲਬ ਜੇ ਖੋਆ ਕਿ ਕਹੀਂ ਟਾਕੀ ਟੁੱਕੀ ਵੀ ਉਹ ਛੋੜ ਦਈਏ, 2 ਖੱਤਿਆਂ ਮਾਂ ਲਵਾ ਲਏ। ਜੇ ਆਪਾਂ ਨੂੰ ਮੰਨ ਕੇ ਚਲੋ ਬਾਦਵਾਂ ਵੱਢਣੇ ਵੀ ਪੜ ਗਏ, ਤਾਂ ਆਪਾਂ ਉਹ ਬਾਦਵਾਂ ਵੱਢ ਲੈਂਗੇ, ਕਿਉਂਕਿ ਜੇ ਅੱਜ ਦੇ 10 ਦਿਨ ਪਹਿਲਾਂ ਲੱਗੀ ਹੋਈ ਜੀਰੀ ਜਾਂ ਅੱਜ ਜੀਰੀ ਲਾਵਾਂਗੇ, ਉਹਨਾਂ ਥੋੜ੍ਹਾ ਡਿਫਰੈਂਸ ਰਹੇਗਾ, ਬੀਜ ਉਹੀ ਲਾ ਲਈਏ। ਪਰ ਨਹੀਂ ਹੋਵਾਂ ਵੀ ਜੇ 2 ਹੋਏ ਥੋੜ੍ਹਾ ਹੋਵੇਗਾ, 2 ਪਾੜ ਖੱਤੇ ਹੋਏ ਨਾ, ਆਪਾਂ ਇਹਨੂੰ ਛੋੜ ਦੇਂਗੇ, ਇੱਧਰ ਨੇੜੇ ਨੇੜੇ ਦੇ ਹੋਰ ਵਢਵਾ ਲੈਂਗੇ। ਵੀ ਬਾਕੀ ਇਹਨੂੰ ਮੰਨ ਕੇ ਚੱਲ ਥੋੜ੍ਹੀ ਹੋਈ, ਇਹਨੂੰ ਬੈਠਣਾ ਹੀ ਪੜ ਗਿਆ, ਇਹਨੂੰ ਵਾਸਤੇ ਬੈਠ ਜਾਵਾਂਗੇ, ਬਾਕੀ ਜੀਰੀ ਧੁੱਲ ਜਾ ਗਈ ਬਈ, ਮਤਲਬ ਸਾਰੀ ਨਾ ਮਿਕਸ ਹੋਆ, ਇਸ ਕਰਕੇ ਇਹਨੂੰ ਇਸਮਾਂ ਲਵਾਵਾਂਗੇ ਬਾਈ ਜੀਰੀ ਦੁਬਾਰਾ, ਬਾਕੀ ਸਾਰੇ ਉਹ ਕਰ ਦੇਣੇ। ਬਾਕੀ ਇੱਕ ਨਾ ਵੀਰੋ, ਮੈਂ ਜਿੰਨੇ ਵੀ ਜਦੋਂ ਗਊ ਵਾਲੇ ਬੰਦੇ ਜਾਂ ਕੋਈ ਵੀ ਬੰਦਾ ਆਪਾਂ ਨੂੰ ਦੇਖ ਰਿਹਾ, ਜਿਹੜਾ ਆਪਣੀ ਮੋਟਰ ਪਾਵਾ, ਮੋਟਰ ਤੱਕ ਅਪਰੋਚ ਕਰਾ, ਚਲੋ ਬਾਈ ਆਪਾਂ ਪੀਣੇ ਖਾਣੇ ਦੇ ਤਾਂ ਕਿਸੇ ਨੂੰ ਰੋਕ ਨਹੀਂ, ਸਭ ਪੀਓ ਖਾਓ ਐਸ਼ ਕਰੋ ਨਜ਼ਾਰੇ ਲਓ, ਜ਼ਿੰਦਗੀ ਸਾਰੀ ਬਾਈ ਕੋਈ ਚੱਕਰ ਨਹੀਂ ਹੈ। ਬਟ ਯਾਰ ਚਲੋ ਮੋਟਰ ਪਾਏ ਆ, ਇੰਜੋਏ ਕਰਿਆ ਤੁਹਾਨੇ, ਲਓ ਨਜ਼ਾਰੇ ਠੀਕ ਹੈ, ਚਲਾ ਗਏ, ਕੋਈ ਬਾਤ ਨਹੀਂ।
ਪਰ ਨਾ ਯਾਰ ਬੋਤਲਾਂ ਜਾਂ ਖਾਲੀ ਬੋਤਲਾਂ ਕੁਛ ਵੀ ਯਾਰ ਉਹਦਾ ਨਾ ਛੋੜ ਕੇ ਜੇ ਕਰੋ, ਥੰਮ ਲਿਫਾਫੇ ਮੈਂ ਜਿਸ ਤਰ੍ਹਾਂ ਉਸਨੂੰ ਪਾ ਕੇ ਲਿਆਵਾਂ, ਬਾਹਰ ਗੇਟ ਦੇ ਕਰੋ, ਉਹ ਰੱਖੇ ਤਾਂ ਵਿਹਲੇ ਪੜੇ ਵਾਧੂ ਯਾਰ, ਪਰ ਆ ਗੇਟ ਦੇ ਕਰੋ, ਗੋਰ ਉੱਧਰ ਪੜੇ ਹਾਂ, ਸੜਕ ਪਰ ਗੇਟ ਦੇ ਕਰੋ, ਉਰਾ ਮਨ ਕੂੜਾ ਇਕੱਠਾ ਕਰਨਾ ਯਾਰ, ਇੱਕ ਦੋ ਹਮ ਕਿਹੜਾ ਹੱਥੇ ਵਾਲੇ ਵੀ ਥਾਰੇ ਭੈਣ 'ਚ ਝੂਠ ਚੱਕਦੇ ਫਿਰੇ ਜਾਂ ਉਰੇ ਦੇ ਬੋਤਲਾਂ, ਉਹ ਚੀਜ਼ ਅੱਛੀ ਨਹੀਂ ਲੱਗਦੀ ਵੀਰੋ, ਉਰਾ ਫਿਰ ਆਵਾਂ ਥਾਂ ਬੈਠੇ ਹੋਵਾਂ ਪੀਂਦੇ ਹੋ ਕੋਈ ਫਕੜ ਲਏ, ਫਿਰ ਉਹ ਅੱਛੀ ਨਹੀਂ ਲੱਗਦੀ ਚੀਜ਼, ਉਹ ਕੋਈ ਵੀ ਬੰਦਾ ਯਾਰ ਥਾਂ ਆਪ ਸੋਚੋ ਜਿਹੜੇ ਚਲੋ ਬੰਦੇ ਪੀਣੇ ਵਾਲੇ ਆ, ਥਾਰੇ ਕੋਈ ਘਰ ਬਾਹਰ ਕੇ ਗਾ ਕੋਈ ਬੈਠ ਗਾ ਪੀ ਲਏ, ਭਰੀ ਦਾਰੂ ਗਈ ਬੋਤਲਾਂ ਭਰੀ ਵਾ ਗਿਰਦੇ, ਉਹ ਚੀਜ਼ ਅੱਛੀ ਨਹੀਂ ਲੱਗਦੀ, ਇਸ ਕਰਕੇ ਥੋੜ੍ਹਾ ਬਾਹਰ ਰੱਖੇ ਕਰੋ ਜੋ ਕੱਲ੍ਹ ਕੋਈ ਦੇਸੀ ਦੂਸੀ ਜੀ ਪੀ ਗਿਆ, ਪਹਿਲਾਂ ਵੀ ਉਹ ਪੜੀਆਂ ਬਾਈ ਉਹ ਬੀਅਰ ਕੀ ਬੋਤਲਾਂ ਕੋਠੇ ਉੱਪਰ ਤਾਂ ਮਿਲੀਆਂ, ਕੱਲ੍ਹ ਕੋਠਾ ਝੜ ਰਹੇ ਤੇ ਨਾ ਜਦ ਤਲਾ ਪੜੀ ਦੀ ਵਾ, ਤਾਂ ਉਹ ਚੀਜ਼ ਨਾ ਕਰੇ ਕਰੋ ਯਾਰ, ਚੰਗੀ ਨਹੀਂ ਲੱਗਦੀ, ਬਾਕੀ ਨੇ ਟੈਲਾਂ ਟੁੱਲਾਂ ਬਚ ਗਈ ਬਾਈ, ਔਰ ਅੱਗੇ ਦੇ ਨਾ ਜਿਹੜਾ ਆਪਣਾ ਛੇਜਾ ਤਾ ਉਹ ਦਿੜ ਗਿਆ ਨਵੀਂ ਲੁੱਕ ਆ ਗਈ ਕੋਠੇ ਕੀ, ਕਿਉਂਕਿ ਉਸਕੀ ਲੋੜ ਨਹੀਂ ਨਾ ਚਾਦਰਾਂ ਪੜ ਗਈ, ਔਰ ਉਸਕੀ ਇੱਟਾਂ ਸਾਰੀ ਉੱਪਰ ਲੱਗੀ ਬਾਈ, ਇੱਟਾਂ ਦੀ ਬਹੁਤ ਲੋੜ ਪੜੀ, ਨਾ ਇੱਟਾਂ ਬਚੀ ਸਾਰੀ, ਬਾਕੀ ਨਾ ਤਾਂ ਸਾਰੀ ਟੈਲਾਂ ਨਾ ਇੱਟਾਂ ਬਚੀਆਂ 10-15, ਬਾਕੀ ਰਾਤ ਹਨੇਰਾ ਹੋ ਗਿਆ ਬੰਦੇ ਨਹੀਂ ਵੀ ਛੋੜ ਗਏ, ਅੰਦਰ ਤਾਂ ਖੋਲ੍ਹ ਕੇ ਦੇਖੂਗਾ ਸਟਾਰਟਰ ਸਟੂਟਰ ਪਤਾ ਨਹੀਂ ਕਹੀਂ ਭਿੱਜ, ਅੰਦਰ ਵੀ ਬਹੁਤ ਗੰਦ ਪੜਿਆ ਯਾਰ, ਅੰਦਰ ਵੀ ਸੈੱਟ ਵੈੱਟ ਕਰਾਉਣਾ, ਲਓ ਬਾਈ ਲਿਫਾਫਾ ਦੇ ਰਿਹਾ ਸਟਾਰਟਰ ਪਾ, ਇਹ ਵੀ ਕੋਈ ਕੰਮ ਨਹੀਂ ਨਵਾਂ ਲਿਫਾਫਾ ਨਾ, ਕੱਲ੍ਹ ਕੰਮ ਚੱਲਦੇ ਮੈਂ ਬਾਰਸ ਆ ਗਈ ਦੀ ਤੋਲੇ ਗਾਏ ਤੇ, ਮੈਂ ਉੱਪਰ ਦੇ ਦਿਓ ਯਾਰ, ਕਈ ਵਾਰੀ ਵਿਵਾਹ ਹੋ ਜਾਏ ਕਰਾ ਖਰਾਬ, ਬਟ ਈਬ ਤਾਂ ਲੋੜ ਨਹੀਂ ਬਾਈ, ਅੰਦਰ ਕੋਈ ਚੂਹਾ ਹੋਇਆ ਨਹੀਂ ਦਾ, ਬਾਕੀ ਨਹੀਂ ਵੀ ਮੀਂਹ ਮਤ ਹੋਈ ਗਏ, ਬਾਕੀ ਇਹਨੂੰ ਲੈ ਜਾਣਾ ਘਰਾਂ ਲਾਵਾਂਗੇ ਇਹਨੂੰ ਬਾਈ, ਧਵਾ ਕਰ ਨਾ ਟਾਈਮ ਨਹੀਂ ਲੱਗਦਾ, ਬਸ ਥੋੜ੍ਹੇ ਬਿਜ਼ੀ ਚੱਲ ਰਹੇ ਦੇਸੀ ਕੰਮਾਂ ਵਾਂ, ਪੇਡਾ ਵੀ ਦੇਖੋ ਟਾਵਾਂ ਟਾਵਾਂ ਹੀ ਦਿਖ ਰਿਹਾ ਬਾਈ, ਜਲ ਮੁਰਗਿਆਂ ਨੇ ਨਾ ਟਾਕੀਆਂ ਪਾ ਦੀ, ਇੱਧਰ ਖੇਤਵਾਂ ਦੇਖ ਲਓ ਬਾਈ, ਜਹਾਂ ਤੱਕ ਇਨਕੀ ਮਾਰ ਦੇਖੋ ਪੂਰਾ ਹਾਲ ਬਾਈ, ਇਨਕਾ ਤਾਂ ਕਿਆ ਗੋਲੀ ਮਾਰਾ ਭੈਣ ਚੋਂ, ਕਾ ਕਿਆ ਨਾ ਮਾਰਾ, ਕੱਲ੍ਹ ਝੁੰਗੀ ਜਿਹੀ ਬਣਾਈ ਸੀ ਬੈਠਣੇ ਵਾਸਤਾ, ਵੀ ਚੱਲ ਦੋ ਘੜੀ ਬੈਠੇ ਕਰਾਂਗੇ ਯਾਰ, ਹੋਰ ਨਹੀਂ ਕੁਛ, ਟਾਕੀਆਂ ਪਾ ਰੱਖੀ ਸਾਰੇ, ਮੈਂ ਦੱਸੋ ਇੰਨਾ ਨੁਕਸਾਨ ਜ਼ਿਮੀਦਾਰ ਕਿੱਥੇ ਦੇ ਭਰ ਲੈ ਗਿਆ ਯਾਰ, ਪੂਰਾ ਹਾਲ ਆ ਬਾਈ, ਕਿਆ ਤੋਂ ਇਹਨੂੰ ਕਰਾ ਕਿਆ ਨਾ ਕਰਾ ਬਾਈ, ਇੱਕ ਕੋਈ ਇਹਨੂੰ ਵੋਟ ਆਸਰਾ ਨਹੀਂ ਕਿਸੀ ਕਿਸ ਸਰ ਨੂੰ, ਦੱਸ ਰੱਬ ਨੇ ਵੀ ਦੱਸ ਕਿਹੜੀ ਕਿਸਮ ਬਣਾਈ ਹੈ ਭੈਣ ਜੋਗੀ, ਉਹ ਜਾਨਵਰਾਂ ਕੀ 36 ਜਾਨਵਰ ਹੋ ਰਹੇ ਆ, ਕੋਈ ਬਾਤ ਨਹੀਂ ਚੁੱਗਾ, ਇੱਧਰ ਦੇਖ ਲਓ ਪੂਰਾ ਹਾਲ ਭੈਣ ਚੋਗਾ, ਟਾਕਿਆਂ ਟਾਕਿਆਂ ਨੇ ਵੀ ਲਾ ਦੀਏ ਭੈਣ 'ਚ, ਫਿਰ ਵੀ ਕੋਈ ਬਾਤ ਨਹੀਂ ਹੈ, ਇਹ ਤਾਂ ਸਾਰੀ ਡਾ ਦੀ ਖੇਤ ਉਰ ਕੈਡੀ ਟਾਕੀ, ਉਹ ਕੈਡੀ ਕੈਡੀ ਜੀਰੀ ਹੋ ਗਈ, ਨੇੜਾ ਨੇੜਾ ਖਾਲੀ ਬੜਿਆ, ਅੱਜ ਜਿਹੜਾ ਆਪਣਾ ਬੰਦਾ ਰੱਖਿਆ ਹੋਇਆ ਤਾ ਉਹ ਆਇਆ ਨਹੀਂ ਦੁਪਹਿਰੇ ਬਾਅਦ, ਉਹ ਕਹਿੰਦਾ ਮੈਨੂੰ ਕੰਮ ਅੱਜ, ਦੁਪਹਿਰੇ ਤੱਕ ਨਾ ਆਇਆ, 2 ਘੰਟੇ ਮੈਂ ਹੀ ਕੰਮ ਕਰ ਦੇਣਾ, ਜਿਹੜੀ ਰਾਖੀ ਕਰੀ ਹੋਈ ਆਪਣੀ 2 ਦਿਨ ਕੀ ਮਾਂ, ਸਾਰੀ ਮਿਹਨਤ ਪਾਣੀ ਫਿਰ ਜਾਣਾ, ਤਾਂ ਉਸਕੇ ਬਦਲੇ ਮੈਂ ਆਇਆ ਉਦੋਂ ਬੈਠਾ ਬਾਈ, ਉੱਧਰ ਇੱਧਰ ਜ਼ਿਆਦਾ ਪੜਾਂ ਬਾਈ, ਚਰੀ ਕੇ ਲਾਗ 'ਤੇ 2 ਕਰਕਾ, ਇਹ ਦੇਖੋ ਜੀਰੀ ਦੇਖੋ ਮੇਰੀ ਕਿੰਨੀ ਆ ਬਾਈ, ਨਿਕਲ ਜਾਵੇ 40 ਕੁਇੰਟਲ ਝਾੜ ਕੇ ਨਾ ਬਿਆ, ਗੌਰਵ ਕੋ ਜ਼ਿਆਦਾ ਨਿਕਲ ਜਾਵੇਗਾ, ਇੱਧਰ ਵੀ ਨਿਕਲ ਜਾਵੇਗਾ 45-46 ਕੁਇੰਟਲ ਕਾ ਝਾੜ ਤੋਂ ਬਾਈ, ਇੱਕ ਉਹ ਨਾ ਮਤਲਬ ਜਦ ਯਾਰ ਸਿਆਣੇ ਬੰਦੇ ਦੇ ਮੰਨ ਕੇ ਚਲੋ ਕਿ ਕਹਾਵਤਾਂ ਸੱਚੀ ਦੀ ਨਾ ਕੋਈ ਕੋਈ ਬਾਤ ਐਸੀ ਢੁਕਾ ਨਾ ਉਹ ਬਣਾਈ ਹੋਈ ਦੀ, ਜਿਸ ਤਰ੍ਹਾਂ ਸਲੈਂਗ ਵਾ ਮੁਹਾਵਰਾ ਵਾ ਉਹ ਚੀਜ਼ ਪੂਰੀ ਢੁਕਾ, ਜਿਸ ਤਰ੍ਹਾਂ ਉਹ ਕਹਿ ਦੇ ਕਰਾਂ ਬਈ, ਇੱਕ ਤਾਂ ਉੱਤਰੀ ਭੈਣ ਨੂੰ ਇਹ ਦੇਖੋ ਦੁਪਹਿਰ ਛੁੱਟੀ, ਭੈਣ ਜਿਹੜੀ ਗੱਲ ਕਹਿ ਰਹੇ ਤਾਂ
ਵਿੱਚੋਂ ਰਹਿ ਗਈ ਵੀ ਇੱਕ ਤਾਂ ਗੰਜੀ ਦੀ ਉੱਪਰ ਤੇ ਔਲੇ ਪੜਨ ਲੱਗੇ, ਉਹ ਕੰਮ ਹੋ ਗਿਆ ਵੀ ਇੱਕ ਤਾਂ ਬੰਦਾ ਗੰਜਾ ਹੋ ਗਿਆ ਇਹਦਾ, ਉੱਪਰ ਤੇ ਰੱਬ ਨੇ ਔਲੇ ਪਾ ਦਿਓ, ਥਾੜ ਥਾੜ ਸਿਰਮਾ ਲੱਗੇ, ਇੱਕ ਤਾਂ ਭੈਣ ਦੇ ਬਈਆਂ ਨੇ ਜੀਰੀਏ ਚਿੱਦੀ ਲਾਵਾਂ, ਇੱਕ ਬਈ ਜਲ ਮੁਰਗਿਆਂ ਨੇ ਬੁਰਾ ਹਾਲ ਕਰ ਦਿਆ, ਤੀਸਰਾ ਮੰਜੇ ਕੀ ਦਪਾਣ ਟੁੱਟ ਗਈ। ਇੱਕ ਚੱਕਰ ਹੋਰ ਵੀ ਆ, ਉਹ ਕਹਿਣ ਲੇ ਕਰਾਉਣਾ ਖੇਤਾਂ ਮਜੀਤ ਨੇ ਵੀ ਮੰਜੇ ਆਵਾਂ ਨਾ ਵਿਚਾਰਿਆਂ ਕਿ ਨਹੀਂ ਕਿ ਹਾਲਤ ਥੋੜ੍ਹੀ ਜਿਹੀ ਬੁਰੀ ਹੋ ਆਵਾ, ਇਹ ਬੇਚਾਰਾ ਪਰਸੋਂ ਮੰਜਾ ਆਇਆ ਪਤਾ ਨਹੀਂ ਕਿਹੜੀ ਮੋਟਰ ਪਤਾ ਆਇਆ ਹੋਣਾ ਖੇਤਾਂ 'ਤੇ, ਅੱਜ ਸਾਲੇ ਕਿ ਦਪਾਣ ਟੁੱਟ ਗਈ, ਕੱਲ੍ਹ ਗਿੱਲੇ ਹੋ ਗਏ, ਅੱਜ ਬੰਦੇ ਦਿਨ ਮੈਂ ਬੈਠੇ ਤਾਂ ਕੁਛ ਤਾਂ ਪਹਿਲਾਂ ਟੁੱਟ ਰਿਹਾ ਤਾ, ਕੁਛ ਯਾਰਾਂ ਕਾ ਵਜਨ ਵਧੀਆ ਹੋ ਰਿਹਾ। ਓਏ ਹੋਏ ਦੋ ਮਾਣ ਕੇ ਲਾਗ ਟੁੱਟ ਗਿਆ ਸਾਲਾ, ਚਲੋ ਕੋਈ ਨਹੀਂ ਬਾਈ ਨਿਕਲਾਂ ਬਾਹਰ ਉਲੇ ਤੇ, ਆਏ ਹਾਏ ਮੈਂ ਸੋਚ ਰਿਹਾ ਬੈਠਾਂਗੇ ਚੱਲ ਟਾਈਮ ਪਾਸ ਹੋਵੇਗਾ, ਪਰ ਔਖਾ ਹੀ ਲੱਗਾ ਮੁੰਜੇ ਯਾਰ ਟੋਲਦੀ ਆ। ਲਓ ਮਿੱਤਰੋ ਅੱਜ ਜੀਰੀ ਲਾਉਣ ਲੱਗ ਰਿਹਾ ਦੁਬਾਰਾ, ਸਾਨੂੰ ਪਤਾ ਜਿਸ ਤਰ੍ਹਾਂ ਜਲ ਮੁਰਗਿਆਂ ਨੇ ਨਾ ਜੀਰੀ ਆਪਣੀ ਖਰਾਬ ਕਰਦੀ ਸੀ, ਤੋ ਅੱਜ ਨਾ ਦਿਹਾੜੀ ਪਰ ਰੱਖੀਆਂ ਦੋ ਤਿੰਨ ਤੀਵੀਆਂ ਆਪਣਾ ਉਰੇ ਭੱਠੇ ਵਾਲੀਆਂ ਬਾਈ, ਤਾਂ ਹੁਣ ਪਤਾ ਨਾ ਜੀਰੀ ਦੁਬਾਰਾ ਲਵਾਵਾਂਗੇ ਜਹਾਂ ਜਹਾਂ ਤੇ ਪੱਟ ਹੋਊਗੀ, ਤਾਂ ਡੱਬਾ ਪਾ ਕੇ ਲਿਆ ਤਾਂ ਸ਼ਾਇਦ ਇੱਕ ਕਿੱਲੇ ਕੇ ਲਗਭਗ ਆਪਣੀ ਜੀਰੀ ਖਰਾਬ ਹੋ ਗਈ ਬਾਈ, ਤੋ ਆਹ ਕਿੱਲੇ ਕੇ ਬਹੁਤ ਹੀ ਤਿੰਨ ਜਣੀਆਂ ਦੀ, ਮੈਂ ਚੱਲ ਡੱਬਾ ਸਾ ਜੋੜ ਲੈ ਜੂੰਗਾ, ਵੈਸੇ ਤਾਂ ਸਕੂਟਰੀ ਪਰ ਵੀ ਆ ਜਾਂਦੀ ਬਹੁਤ, ਜਦੋਂ ਪੱਲੀ ਮੈਂ ਰੱਖਦਾ ਮੈਂ ਡੱਬਾ ਲੈ ਜੂੰਗਾ, ਕਹਿ ਲਓ ਹੋਰ ਕੰਮਾਂ ਪਰ ਆ ਨਾ ਆਪਾਂ ਨੇ ਛੱਤ ਦੇੜੀ ਦੀ ਜਿਹੜੀ ਬਾਈ ਉਸਕੇ ਨਾ ਬਾਲੇ ਬੜੇ ਆ, ਉਹ ਬਾਲੇ ਚੱਕ ਲਿਆਵਾਂਗੇ, ਤੋ ਇੱਕ ਟਰੈਕਟਰ ਲੈ ਕੇ ਜਾ ਰਿਹਾ ਜਹਾਂ ਆਪਣੇ ਪੌਦ ਬੀਜੀ ਹੋਈ ਜੰਮਣ ਕੇ ਵਾਹਾਂ ਨਾ ਵਾਹਾਂ ਤੇ ਪੌਦ ਲਿਆਵਾਂ ਚੱਕਾ, ਕਹਿ ਲਓ ਤੀਵੀਆਂ ਨੂੰ ਬਿਠਾ ਲਿਆਵਾਂ, ਟਾਈਮ ਸਾਢੇ ਦਸ ਹੋ ਗਏ ਬਾਈ ਪੌਣੇ 11, ਅੱਜ ਬੰਦੇ ਥੋੜ੍ਹੇ ਲੇਟ ਆਏ, ਤੀਵੀਆਂ ਆਈ 9:30, ਊਂ ਤਾਂ ਦਿਹਾੜੀ ਬਾਈ ਰੱਖੀ ਆ ਵੀ ਚੱਲ ਦਿਹਾੜੀ ਬਾਈ ਲਾ ਦੇਵੇਂਗੇ ਤਿੰਨ ਜਣੀਆਂ, ਕਿੰਨਾ ਕੁ ਵਾਧਾ ਪਾਉਣਾ ਕਿੰਨਾ ਖਰਾਬ ਹੋ ਗਿਆ ਹੋਣਾ ਉਹ ਲਾ ਦੇਵੇਂਗੇ ਸਾਰਾ, ਬਾਕੀ ਹਾਲੀ ਚਲੋ ਰਿਹਾ ਕੰਮ ਜੀਰੀ ਦਾ ਪੂਰੀ ਤਰ੍ਹਾਂ ਨਿਬੜਿਆ ਨਹੀਂ ਹੈ ਕੰਮ, ਜੇ ਆਪਾਂ ਸੋਚਾਂ ਵੀ ਸਾਰੀ ਲੱਗੀ ਜਾਂ ਨਿਬੜ ਗਈ, ਹਾਲੀ ਰਹਿ ਰਿਹਾ ਕੰਮ, ਕਿਉਂਕਿ ਬਰਸਾਤ ਪੜੀ ਸੀ ਨਾ ਕੁਛ ਘਰ ਐਸੇ ਦੇ ਬਰਸਾਤ ਬਾਈ ਨਿਰਭਰ ਤੇ ਕੁਛ ਆਪਣਾ ਨਾ ਉਹ ਡਰੈਨ ਆ ਬਾਈ ਪੂਰਾ ਨਾ ਪਾਣੀ ਜਦੀ ਆਵਾ, ਜਦ ਬਰਸਾਤ ਪੜ ਜਾਇਆ ਉੱਪਰ ਪਾਣੀ ਆਵਾ, ਤੋ ਪਾਣੀ ਆ ਰਿਹਾ ਦੇਖੋ ਉਹ ਅੰਜਣ ਚੱਲ ਰਿਹਾ ਆ, ਤੋ ਖੇਤ ਭਰ ਰਹੇ ਹਾਂ ਪੂਰਾ, ਪੰਜ ਸੱਤ ਦਿਨ ਪਾਣੀ ਚੱਲਦਾ ਰਹਿਣਾ, ਇਹਨਾਂ ਨੇ ਜਿਹਨੇ ਜੀਰੀ ਲਾ ਲਈ ਲਾ ਲਈ, ਨਹੀਂ ਲੱਗੀ ਤਾਂ ਫਿਰ ਕੰਮ ਠੱਪ ਹੋ ਜਾਣਾ। ਲਓ ਬਾਈ ਅੰਮ੍ਰਿਤ ਦੀ ਜੀਰੀ ਜਿਹੜੀ ਪਹਿਲਾਂ ਲਾਈ ਦੀ ਉਹ ਤਾਂ ਚੱਲ ਪੜੀ, ਉਹ ਉੱਪਰ ਹਰੀ ਹੋ ਗਈ, ਬਾਕੀ ਬਹੁਤ ਪੱਟ ਲਏ ਬੰਦੇ ਆ ਰਹੇ ਹਾਂ, ਉੱਧਰ ਲਾਉਣ ਲੱਗ ਰਹੇ ਹਲੀ ਜੀਰੀ, ਦੇਖੋ ਬਾਈ ਲਾਈਟ ਵੀ ਹਰੀ ਆ, ਜੋ ਬਾਲੇ ਕਹਿ ਰਹੇ ਤਾਂ ਆਪਣਾ ਕਿਉਂਕਿ ਉੱਪਰ ਚਾਦਰਾਂ ਪਾ ਦੀ ਬਾਲੇ ਬਚੇ ਪੜੇ ਆ, ਜੇ ਬਾਲੇ ਲੈ ਜਾਵੇ ਚੱਕਾ ਬਾਈ ਸਾਰੇ ਵੇਚ ਵੂਚ ਦੇਵੇਂਗੇ ਜਾਂ ਕੁਛ ਕੰਮ ਦੇ ਦੇਵੇਂਗੇ ਬਾਲਣ ਬੋਲਣ ਵਾਲਾ, ਆਪਣਾ ਸਕੂਲ ਵਾਲਾ ਲੋਡ ਬੜਾ ਬਾਲਣ ਵਾਲਾ ਉਹਨੂੰ ਦੇ ਦੇਵੇਂਗੇ, ਦੋਨੋਂ ਕੰਮ ਹੋ ਗਏ ਜੇ ਡੱਬੇ ਵਾਲਾ ਗੱਲ ਬਹੁਤ ਆ ਗਈ, ਕਿੱਧਰ ਬੰਦਾ ਬੈਠਿਆ ਹੋਰ ਚਾਚਾ ਪਾਣੀ ਦੇਣਾ ਪੜਾਗਾ ਨਾ ਜੀਰੀ ਨੂੰ, ਵਿਹਲਾ ਕਰਦੀ ਆ ਉਹਦੇ ਇਹ ਲੱਕੜੀ 'ਚ ਰਹਿ ਗਈ ਇੰਨੀ ਪਰਾਂ ਗਿਰੂੰਗਾ, ਕੋਈ ਕੰਮ ਨਹੀਂ ਉਰਾ ਇਸ ਲੱਕੜੀਆਂ ਉਸ ਲੱਦ ਲਈ ਲੈ ਜਾਂਗੇ ਦੇਖ ਲੈਂਦੇ, ਲਾਈਟ ਆਈ ਦੀ ਲਾਈਟ ਭੱਜ ਗਈ। ਲਓ ਮਿੱਤਰੋ
ਬਾਲੇ ਖਾਲੀ ਕਰ ਰਹੇ ਹਾਂ ਪੂਰੀ ਨਾ ਆਪਣਾ ਇੱਕ ਦੁਕਾਨ ਵਾਲਾ ਵੀਰ ਮੈਂ ਤਾਂ ਗਾਉਂ ਗਾਈ ਆ ਤੂੰ ਆਪਾਂ ਕਹਿ ਲਓ ਕੰਡਾ ਉਹ ਕਹਿੰਦਾ ਦੁਕਾਨ ਪਤਾ ਰਿਹਾ ਮੈਂ ਤਾਂ ਕਹੀਂ ਬਾਹਰ ਹਾਂ ਕਹਿੰਦਾ ਮੈਂ ਆਣ ਕੇ ਤੋਲਗਾ ਦੱਸ ਦੂੰਗਾ ਤੈਨੂੰ ਕਿਆ ਹਿਸਾਬ ਕਿਤਾਬ ਹੋਗਾ ਮੈਂ ਠੀਕ ਆ ਚੱਲ ਕੋਈ ਨਹੀਂ ਇਹ ਮਿੱਤਰੋ ਲੈ ਕੇ ਜਾਣਾ ਹਰੇ ਇਹ ਬੰਦਾ ਦੇਖਾਂਗੇ ਕੋਈ ਮਿਲ ਗਿਆ ਤਾਂ ਠੀਕ ਆ ਨਹੀਂ ਤਾਂ ਆਪ ਰੱਦ ਕੇ ਲੈ ਕੇ ਜਾਣਾ ਬੜਾਗਾ ਜਿਵੇਂ ਤਾਂ 10 ਕੱਟੇ ਲੈ ਕੇ ਲੈ ਜਾਣੇ ਯਾਰ ਕੋਈ ਗੈਲ ਬੰਦਾ ਹੋਵਾ ਨਾ ਬੰਦਾ ਚੱਕਾ ਸੌਖਾ ਹੋ ਜਾ ਕਿਉਂਕਿ ਬੰਦੇ ਨੇ ਆਉਣਾ ਸਵੇਰੇ ਰੇਹ ਗੇਰਨ ਮਾਂ ਆਈ ਵੀ ਜੇ ਉਹਦਾ ਡੱਬਾ ਹੈ ਉਸਦਾ ਗੌਰ ਵਰਖਾ ਕਿਉਂਕਿ ਤਾਂ ਮਾਂ ਮੰਗਿਆ ਹੋਇਆ ਵੀ ਰੱਖਿਆ ਹੋਊਗਾ ਕੋਠੇ ਮਾਂ ਫਿਰ ਜਿਸ ਤਰ੍ਹਾਂ ਮਰਜ਼ੀ ਗੇਰ ਦੇਗਾ ਸਵੇਰੇ ਹੀ ਅਣਖਾ ਇਹ ਬੰਦਾ ਨਹੀਂ ਫਿਰ ਔਖੀ ਹੋਆ ਸਵੇਰ ਸਵੇਰ ਭੜਕ ਤੜਕ ਹੀ ਆ ਜਾ 5 ਵਜੇ ਖਜ਼ਾਨਾ ਪਹਿਲਾਂ ਹੀ ਰੱਖ ਲਿਆ ਸਾਂਭ ਕੇ ਐਤਕੀ ਉੱਪਰ ਵਾਲਾ ਚਗਾ ਉਹ ਮੈਨੂੰ ਵੀ ਰੇਹ ਕਰਵਾ ਦੇ ਯਾਰ ਢੱਕ ਦੀ ਚੰਗੀ ਤਰ੍ਹਾਂ ਓਏ ਨੇੜੇ ਨੇ ਨਾ ਕਰਾ ਦੀ ਬਾਈ ਪੂਰਾ ਹਾਰ ਹੋ ਗਿਆ ਪਹਿਲਾਂ ਇਕੱਲਾ ਲੱਦ ਕਰ ਲਿਆ ਇਹ ਮੋਟਰ ਕੇ ਕੋਠੇ ਮੈਂ ਰੱਖ ਦੀਏ ਉਹ ਬੰਦਾ ਸਮਝ ਨੂੰ ਆਵਾਗਾ ਜਾਂ ਤੜਕੀ ਕਹਿੰਦਾ ਸਵੇਰ ਨੂੰ ਆ ਜਾਊਗਾ ਕਹਿੰਦਾ ਮੈਂ ਗੇਟ ਦੂੰਗਾ ਆਪ ਨਾ ਠੀਕ ਹੈ ਜਿਵੇਂ ਉਹ ਬਾਬਾ ਜੀ ਆਪਣਾ ਮੰਗਿਆ ਹੋਇਆ ਆਪਣਾ ਵਾ ਹੋ ਜਾਏਗਾ ਗੱਲ ਟਰੈਕਟਰ ਨਾ ਰੋਜ਼ ਯਾਰ ਤਾਂ ਉਰਾ ਗਾਰੇ ਮਾ ਯਾਰ ਨਾ ਗੰਦਾ ਹੋਆ ਦਾ ਮਾ ਯਾਰ ਧੋ ਕੇ ਖੜਾ ਤਾਂ ਹੋ ਜਾਏਗਾ ਟਰੈਕਟਰ ਨਹੀਂ ਬੁਰਾ ਹਾਲ ਹੋਇਆ ਪਾਇਦਾ ਉਹ ਬਾਈ ਟਰੈਕਟਰ ਉਹ ਖੜਾ ਦਿਆ ਦੇਖੋ ਟਾਇਰਾਂ ਵਾ ਗਾਰਾ ਚੜਿਆ ਪੜਿਆ ਇਸੀ ਕਰਕੇ ਨਾ ਅੰਦਰ ਜਦ ਵੀ ਦੇਖਾਂ ਦੇਖ ਘਰ ਕੇ ਝਾੜੂ ਮਾਰਾਂ ਫੇਰ ਸਾਲਾ ਮਿੱਟੀ ਮੈਨੂੰ ਚੰਗੀ ਤਰ੍ਹਾਂ ਧੋ ਦੇ ਫੁੱਲ ਧੋ ਕੇ ਨਾ ਚੰਗੀ ਤਰ੍ਹਾਂ ਨਜ਼ਾਰੇ ਗਏ ਪਹਿਲਾਂ ਪਾਣੀ ਪੂਣੀ ਪੀ ਲਉ ਬੁਰਾ ਹਾਲ ਹੋ ਰਿਹਾ ਬਾਈ ਇਹ ਵੀ ਦੇਖ ਲਿਓ ਹਾਲਤ ਪਰ ਧੋ ਕੇ ਦਿਖਾਊਂਗਾ ਕਿਆ ਹਾਲਤ ਹੋ ਗਈ ਗਰਮੀ ਪੂਰੀ ਹੋ ਰਹੀ ਆ ਘਰਾਂ ਦਾ ਬਾਈ ਚੈੱਕ ਕਰੋ ਸਾਰਾ ਅੱਜ ਦੁਪਹਿਰਾ ਲੰਘਿਆ ਬਾਈ ਦੇਖੋ ਚੱਟ ਲਏ ਜੇ ਹਾ ਟਾਇਰਾਂ ਨੂੰ ਦੇ ਚੰਗੀ ਤਰ੍ਹਾਂ ਕਰਿਆ ਬਾਈ ਧੋ ਹੋ ਗਿਆ ਇਹ ਪਤਾ ਨਹੀਂ ਕਿਆ ਲੱਗ ਰਿਹਾ ਅੱਛਾ ਟੇਪ ਲੱਗ ਰਹੀ ਮੈਂ ਕਿਹਾ ਮਿੱਟੀ ਤਾਂ ਲੱਗ ਨਹੀਂ ਸਕਦੀ ਹੈ ਕੋਈ ਨਹੀਂ ਕਰਦਾ ਸਵੇਰੇ ਲੈ ਜਾਣੀ ਆ ਫਿਰ ਚਮਕਰੇ ਟਾਇਰ ਸਾਰਾ ਕੁਛ ਧੋਇਆ ਚੰਗੀ ਤਰ੍ਹਾਂ ਯਾਰ ਬਾਕੀ ਚਾਹ ਲੈ ਕੇ ਜਾਊਂਗੀ ਬਾਈ ਖੇਤ ਨਾਲ ਲੱਗ ਰਹੇ ਬੰਦੇ ਚਾਹ ਪਿਲਾ ਕੇ ਆਉਂਗੀ 4 ਵੱਜ ਗਏ ਅੱਛਾ ਅੱਛਾ ਇਹ ਤਾਂ ਉਹ ਤਾਂ ਟਾਕੀਆਂ 'ਚ ਲਾਣੀ ਮੈਂ ਕਿਹਾ ਅੱਧੇ 1.25 ਕਿੱਲੇ ਹੀ ਬਹੁਤ ਪੱਟ ਲਓ ਕਿੱਲਾ ਤਾਂ ਆਪਣਾ ਖਰਾਬ ਹੋ ਹੀ ਗਿਆ ਮੈਂ ਤਾਂ ਹੀ 1.25 ਕਿੱਲਾ ਗਏ ਗਿਆ ਨਾ ਨਾ ਕੁਛ ਨਹੀਂ ਗਾ ਉਹ ਤਾਂ 15 ਮਿੰਟ ਦਾ ਕੰਮ ਹੈ ਕਹਿੰਦੇ ਮੈਂ ਕਿਹਾ ਚਲੋ ਬਾਈ ਹਾਂ ਮੈਂ ਕਿਹਾ ਚਲੋ ਠੀਕ ਆ 15 ਮਿੰਟ ਬੀਘਾ ਪੂਰਾ ਹੋ ਜਾਣਾ ਹੈ ਬੀਘਾ 1.5 ਕੇ ਗਰੀਬ ਆ ਉਹ ਵੀ ਥੋੜਾ ਨਹੀਂ ਹੈ ਨੁਕਸਾਨ ਬਹੁਤ ਜ਼ਿਆਦਾ ਕਰਿਆ ਹੋਇਆ ਬਾਕੀ ਮਿੱਤਰੋ ਮੀਂਹ ਪੜਦਾ ਨਾ ਮੀਂਹ ਤੇ ਬਸ 2 ਘੰਟੇ ਬਾਅਦ ਤਾਂ ਰਹਾ ਮੌਸਮ ਠੰਡਾ ਉਸ ਤੋਂ ਬਾਅਦ ਤਾਂ ਬੁਰਾ ਹਾਲ ਆ ਨਾ ਅੱਜ ਹਵਾ ਚੱਲ ਰਹੀ ਨਾ ਕੁਛ ਹੋਰ ਨਾ ਭਾਈ ਦੇਖੋ
ਪਸੀਨਾ ਆ ਰਿਹਾ, ਗਰਮੀ ਚਿਪਚਿਪੀ ਗਰਮੀ ਪੂਰੀ ਬਾਈ ਮਾਰਦੀ, ਬੁਰਾ ਹਾਲ ਕਰਦੀ ਆ। ਬਾਕੀ ਚਾਹ ਦੇਗਾ ਸ਼ਾਇਦ ਅੱਜ ਇਹਨਾਂ ਪਰ ਨਿਬੜ ਜਾਏਗਾ ਨਹੀਂ ਕੰਮ, ਕੱਲ੍ਹ ਕੀ ਦਿਹਾੜੀ ਵੀ ਲੱਗੇਗੀ ਬਾਈ। ਚਲ ਦੇਖੀ ਜਾਵੇਗੀ ਜਿਸ ਤਰ੍ਹਾਂ ਵੀ ਹੋਵੇਗਾ ਉਸ ਤਰ੍ਹਾਂ ਆਪਾਂ ਕਰਾ ਲਵਾਂਗੇ, ਕਿਉਂਕਿ ਬੰਦਾ ਬੈਠਾ ਤਾਂ ਨਹੀਂ ਤਾਂ ਯਾਰ ਖਾਲੀ ਖੇਤ ਕਾਹਨੂੰ ਰੱਖਣਾ ਯਾਰ, ਵੀ ਥੋੜ੍ਹਾ ਜਿਹਾ ਹੋ ਜਾਵੇਗਾ ਸੈੱਟ ਬੈੱਟ। ਬਾਕੀ ਮਿੱਤਰੋ ਅੱਜ ਕੀ ਵੀਡੀਓ ਆਪਾਂ ਇਹ ਸਮਾਪਤੀ ਕਰਾਂ ਬਾਈ। ਵੀਡੀਓ ਵਧੀਆ ਲੱਗੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ। ਥੈਂਕ ਯੂ।